ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਪੀਐਮ ਮੋਦੀ ਨੇ ਏਸ਼ੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਰੱਖਿਆ ਨੀਂਹ ਪੱਥਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਜੰਮੂ ਕਸ਼ਮੀਰ ਦੇ ਦੌਰੇ ਦੌਰਾਨ ਕਸ਼ਮੀਰ ਘਾਟੀ ਨੂੰ ਲਦਾਖ ਇਲਾਕੇ ਨਾਲ ਜੋੜਨ ਵਾਲੀ ਜੋਜਿਲਾ ਸੁਰੰਗ ਦਾ ਨੀਂਹ ਪੱਥਰ ਰੱਖ ਦਿੱਤਾ ਹੈ। 14 ਕਿਲੋਮੀਟਰ ਲੰਬੀ ਇਸ ਸੁਰੰਗ ਨੂੰ ਬਣਾਉਣ ਲਈ ਇਸ ਤੇ 1800 ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਸੁਰੰਗ ਦੇ ਬਣਨ ਨਾਲ ਸ੍ਰੀ ਨਗਰ ਤੋਂ ਲੇਹ ਨੂੰ ਜਾਣ ਲਈ ਲੱਗਣ ਵਾਲਾ 3 ਘੰਟੇ ਦਾ ਸਮਾਂ 15 ਮਿੰਟਾਂ ਵਿੱਚ ਬਦਲ ਜਾਵੇਗਾ। ਫਿਲਹਾਲ ਸੁਰੱਖਿਆ ਨੂੰ ਦੇਖਦੇ ਹੋਏ ਸ੍ਰੀ ਨਗਰ ਅਤੇ ਜੰਮੂ ਸ਼ਹਿਰ ਵਿੱਚ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਹਨ। ਬਿਊਰੋ ਰਿਪੋਰਟ ਦਾ ਐਨਆਰਆਈ ਟੀਵੀ।